अस्सलाम वालेकुम दोस्तों दोस्तों अज साडे नाल ने जुल्फकार साहब फैसलाबाद तो अज इन्हां नूं इलैक्शन की सूरत हाल के बारे च पुछांगे। अस्सलाम वालेकुम भाई जुल्फकार। वालेकुम सलाम जनाब। अच्छा भाई तुसीं इह दस्सिया जे कि जिहड़ा तुहाडे इत्थों राजा रियाज लोटा सी जिहड़ा कहिंदा सी मैं अराइवल दस्ता वा इमरान खान की हुकूमत गराउण दा ते नून लीग ने उहनूं टिकट देण दा वादा वी कीता सी ਉਹ ਇਲੈਕਸ਼ਨ ਤੇ ਖਲੋਤਾ ਹੈ ਕਿ ਨਹੀਂ ਕੀ ਉਹਦੀ ਪੋਜੀਸ਼ਨ ਹੈ ਕੀ ਸੂਰਤ ਹਾਲ ਹੈ ਰਾਜਾ ਸਾਹਿਬ ਤੋਂ ਫੜ ਗਿਆ ਗੱਲ ਇਹ ਹੈ ਕਿ ਭਾਈ ਜੀ ਜਨਾਬ ਜਿਸ ਦਿਨ ਆਖਰੀ ਤਰੀਕ ਸੀ ਟਿਕਟ ਜਮ੍ਹਾਂ ਕਰਾਉਣ ਦੀ ਉਹ ਦਿਨ ਰਾਜਾ ਸਾਹਿਬ ਨੇ ਕਮਰ ਦਰਦ ਦਾ ਲੱਕ ਪੀੜ ਦਾ ਬਹਾਨਾ ਕਰਕੇ ਨਾ ਤੇ ਆਪਣੇ ਬੇਟੇ ਰਾਜਾ ਦਾਨਿਆਲ ਦਾ ਟਿਕਟ ਜਮ੍ਹਾਂ ਕਰਾ ਦਿੱਤਾ ਤੇ ਤੁਸੀਂ ਸਮਝਦਾਰ ਜੋ ਮੀਆਂ ਮੁਹੰਮਦ ਬਖਸ਼ ਫਰਮਾਉਂਦਾ ਵੀ ਲੱਕੋ ਉੱਠੇ ਪੀੜ ਤੇ ਲੋਕੀ ਕਹਿਣ ਚੁੱਕ ਅਸਲ ਚ ਮੁਹੰਮਦ ਬਖਸ਼ਾ ਅੰਦਰੋਂ ਗਈ ਆ ਗੱਲ ਮੁੱਕ ਰਾਜਾ ਸਾਹਿਬ ਦੀ ਬਜ਼ਾਤੇ ਖੁਦ ਦਾ ਜਦੋਂ ਦਾ ਉਹ ਲੋਟਾ ਹੋਇਆ ਉਹਨਾਂ ਦੀ ਆਪਣੀ ਗੱਲ ਮੁੱਕ ਗਈ ਸੀ ਉਹਨਾਂ ਨੂੰ ਗਲੀ ਦਾ ਮਹੱਲੇ ਦਾ ਆਪਣੇ ਹਲਕੇ ਅਹਿਬਾਬ ਦਾ ਪਤਾ ਸੀਗਾ ਕਿ ਕੋਈ ਉਹਨਾਂ ਨੂੰ ਮੂੰਹ ਨਹੀਂ ਸੀ ਲਾਉਣ ਡਿਆ ਬੇਟੇ ਦਾ ਟਿਕਟ ਉਹਨਾਂ ਨੇ ਇਸ ਤੋਂ ਜਮ੍ਹਾਂ ਕਰਾਇਆ ਵਾ ਜਨਾਬ ਕਿ ਅਗਰ ਤੇ ਉਹਨਾਂ ਨੂੰ ਗੈਬੀ ਮਦਦ ਆ ਗਈ ਤਾਂ ਠੀਕ ਆ ਅਗਰ ਨਾ ਆ ਸਕੀ ਔਰ ਜਿਹੜੀ ਆਉਣੀ ਵੀ ਨਹੀਂ ਗਈ ਤੇ ਉਹ ਕਹਿ ਦੇਣਗੇ ਬੱਚਾ ਸੀਗਾ ਜਨਾਬ ਪਹਿਲੀ ਵਾਰੀ ਖਲੋਤਾ ਕੋਈ ਗੱਲ ਨਹੀਂ ਹਰ ਗਿਆ ਤੇ ਰਹੀ ਹਲਕੇ ਦੇ ਸੂਰਤ ਹਾਲ ਜਨਾਬ ਐਨ ਏ 104 ਉਹਨਾਂ ਦੇ ਮਾਂ ਕਾਬਲ ਜਿਹੜਾ ਕੈਂਡੀਡੇਟ ਆ ਨਾ ਐਨ ਏ 104 ਉਹ ਇਮਰਾਨ ਖਾਨ ਦਾ ਸਿਪਾਹੀ ਸਾਜਜ਼ਾਦਾ ਹਮਦ ਰਜ਼ਾ ਉਹ ਬਹੁਤ ਤਗੜਾ ਵਾ ਉਹ ਮਦਸੇ ਆਦਮ ਮੌਲਵੀ ਸਰਦਾਰ ਦਾ ਪੋਤਾ ਵਾ ਸਾਜਜ਼ਾਦਾ ਫਜ਼ਲ ਕਰੀਮ ਜਿਹੜਾ 3-4 ਮਰਤਬਾ MNA ਹੋਇਆ ਉਹਦਾ ਬੇਟਾ ਵਾ ਫਿਰ ਜਨਾਬ ਹਲਕੇ ਦੇ ਜਿੰਨੇ ਵੀ ਸਰਵੇ ਹੋਏ ਉਹ ਤੁਸੀਂ ਦੇਖ ਸਕਦੇ ਜੋ ਜਨਾਬ ਇੱਕ ਸਰਵੇ ਹਸਨੈਨਿਆ ਪਾਕਿਸਤਾਨ ਵਾਲੇ ਨੇ ਕੀਤਾ ਵਾ ਜਿੱਥੇ ਮੇਰਾ ਖਿਆਲ ਹੈ 49 ਜਾਂ 50 ਵੋਟ ਜਿਹੜੇ ਆ ਉਹ ਰਾਜਾ ਸਾਹਿਬ ਦੇ ਨੇ ਤੇ 110 ਤੋਂ ਜ਼ਿਆਦਾ ਵੋਟ ਜਿਹੜੇ ਆ ਉਹ PTI ਦੇ ਨੇ ਇਸੇ ਤਰ੍ਹਾਂ ਨੂਰਪੁਰ ਬੱਸ ਸਟਾਪ ਤੇ ਇੱਕ ਸਰਵੇ ਹੋਇਆ ਵਾ ਉੱਥੇ ਕੋਈ 24-25 ਵੋਟ ਰਾਜਾ ਸਾਹਿਬ ਦੇ ਸੀਗੇ ਤੇ 51-52 ਵੋਟ PTI ਦੇ ਸੀਗੇ ਤਮਾਮ ਸਰਵੇ ਜਿਹੜੇ ਆ ਦੇਖ ਲਓ ਬਾਹਰ ਰਾਜਾ ਸਾਹਿਬ ਦੀ ਸੂਰਤ ਹਾਲ ਬਹੁਤ ਖਰਾਬ ਆ ਇਹਨਾਂ ਨੂੰ ਪਹਿਲੇ ਵੀ ਜਦੋਂ ਇਮਰਾਨ ਖਾਨ ਤੋਂ ਪਹਿਲੇ ਸੀਗਾ ਉਦੋਂ ਜਨਾਬ ਇਹਨਾਂ ਨੂੰ ਸਿਰਫ 17,000 ਵੋਟ ਮਿਲਿਆ ਸੀ ਇਹ ਇਮਰਾਨ ਖਾਨ ਹੀ ਸੀਗਾ PTI ਸੀ ਜਿਹਨੇ ਇਹਨੂੰ 1,14,500 ਕੁਛ ਵੋਟ ਦੇ ਕੇ ਜਿਤਵਾਇਆ ਸੀਗਾ ਬਹਰਾਲ ਰਾਜਾ ਸਾਹਿਬ ਤੋਂ ਵੜ ਗਿਆ ਗੇਮ ਫਿਨਿਸ਼ ਅੱਛਾ ਭਾਈ ਮੈਂ ਨਾ ਇਹਨਾਂ ਦੇ ਬਾਰੇ 'ਚ ਇੱਕ ਨਜ਼ਮ ਲਿਖੀ ਹੈ ਉਹ ਤੁਹਾਨੂੰ ਮੈਂ ਸੁਣਾਉਣਾ ਇਹ ਖਾਸ ਤੌਰ 'ਤੇ ਲੋਟਿਆਂ ਦੇ ਬਾਰੇ 'ਚ ਲੋਟਿਓ ਸੜਕ 'ਤੇ ਕੱਪੜਾ ਵਿਛਾ ਲਓ ਲੋਟਿਓ ਸੜਕ 'ਤੇ ਕੱਪੜਾ ਵਿਛਾ ਲਓ ਅਤੇ ਬਾਂਹ ਨੂੰ ਤੋੜ ਕੇ ਗਲ ਵਿੱਚ ਪਾ ਲਓ ਕਾਸਾ ਫੜ ਕੇ ਤੁਰ ਪੋ ਦਰ ਦਰ ਜਾਂ ਲੱਤ ਨੂੰ ਵੱਢ ਕੇ ਝੁੰਡ ਬਣਾ ਲਓ ਗਲ ਵਿੱਚ ਲੀਰਾਂ ਹਾਲ ਫਕੀਰਾਂ ਸਿਰ ਵਿੱਚ ਥੋੜ੍ਹੀ ਸਵਾਹ ਵੀ ਪਾ ਲਓ ਅਮਰੀਕਾ ਮੰਗ ਲਓ ਬਰਤਾਨੀਆ ਮੰਗ ਲਓ ਇੰਡੀਆ ਅੱਗੇ ਤਰਲੇ ਪਾ ਲਓ ਉਹ ਫੇਰ ਵੀ ਤੁਹਾਡਾ ਕੁਝ ਨਹੀਂ ਜੇ ਬਣਨਾ ਹੁਣ ਤਾਂ ਥੋੜ੍ਹੀ ਗੈਰਤ ਕਾ ਲਓ ਉਹ ਲੋਟਿਓ ਸੜਕ 'ਤੇ ਕੱਪੜਾ ਵਿਛਾ ਲਓ